ਚੜਦਾ ਸੂਰਜ 17 ਅਪ੍ਰੈਲ 1998 ਨੂੰ ਸਾਡੇ ਕੋਲੋਂ ਸਦਾ ਲਈ ਅਲੋਪ ਹੋ ਗਿਆ। ਪਰ ਆਹ ਨੌਜਵਾਨ ਹਰਜੀਤ ਢੇਲਪੁਰ ਦੀ ਧਰਤੀ ਦਾ ਸਾਹਮਣੇ ਹਲਕਾ ਜਿਹਾ ਮੁਕਾਬਲਾ ਕਰਕੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਕਿ ਲੱਖਾਂ ਹੀ ਮੁੰਡੇ ਉੱਠੇ ਖਾ ਕੇ ਮਨ ਦੇ ਵਿੱਚ ਗੁੱਸੇ, ਹਰ ਕੋਈ ਹਰਜੀਤ ਬਣ ਜਾਵਾ, ਮਨ ਵਿੱਚ ਰੀਝਾਂ ਧਾਰ ਲਈਆਂ, ਕੌਣ ਕਰੂਗਾ ਰੀਸਾ ਯਾਰੋ ਹਰਜੀਤ ਵਰਾੜ ਦੀਆਂ, ਕਿ ਕੌਣ ਕਰੂਗਾ ਰੀਸਾ ਯਾਰੋ ਹਰਜੀਤ ਵਰਾੜ ਦੀਆਂ। ਖੇਡ ਮੈਦਾਨ ਦੇ ਵਿੱਚ ਆਤ ਲੋਟੀ ਵਾਲਾ ਪਿੰਨੂ ਇਸ ਵੇਲੇ ਕਬੱਡੀ ਪਾ ਰਿਹਾ, ਲਓ ਮੰਡੀ ਦੇ ਕੰਡੇ ਵਾਂਗੂ ਤੋਲਦਾ ਹੋਇਆ ਨੌਜਵਾਨ ਕਿ ਛੱਡਦੇ ਛੋਟੇ ਵੀਰਿਆ ਕਰਨੀ ਰੀਸ ਸ਼ਰਾਬੀਆਂ ਦੀ, ਆਹ ਵੇਖ ਪਹਿਣ ਪਟਾਕੇ ਵੀ ਕੌਡੀ ਖੇਡ ਪੰਜਾਬੀਆਂ ਦੀ। ਮੈਂ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਰੋਪੜੀ ਹੈ ਜਿੰਦਾ ਲਾ ਕੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਜੱਸੂ ਨਾਮ ਹੈ ਮੁੰਡੇ ਦਾ, ਬਹੁਤ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਨੌਜਵਾਨ ਇੱਕ ਅੰਕ ਇਸ ਵੇਲੇ ਮੌਲੀ ਬੈਦਵਾਨ ਦੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਨਿੰਦੀ ਹੈ ਨੌਜਵਾਨ, ਉੱਚਾ ਲੰਬਾ ਕੱਦ ਗੱਭਰੂ ਦਾ ਇਸ ਵੇਲੇ ਸਿਕਸਰਦਾਰ ਨੌਜਵਾਨ, ਲਓ ਅੱਗੇ ਨੂੰ ਵਧਿਆ ਹੋਇਆ ਦੋ ਨੰਬਰ ਤੋਂ ਮੈਂ ਵੇਖਦਾ ਵੀ ਸਾਹਮਣੇ ਨੌਜਵਾਨ ਨੇ ਪੂਰੀ ਕੋਸ਼ਿਸ਼ ਕੀਤੀ ਹੋਈ ਹੈ, ਹੰਡੇ ਦੂਰ ਕਰ ਦਿੱਤੇ ਮੰਡੀ ਦੇ ਕੰਡੇ ਵਾਂਗੂ ਤੋੜਦਾ ਹੋਇਆ ਮੋਟਿਆ ਪੱਟਾਂ ਤੋਂ ਡੱਕ ਪਾਉਣ ਦਾ ਇਸ ਵੇਲੇ ਯਤਨ, ਕਾਮਯਾਬੀ ਪ੍ਰਾਪਤ ਕਰੇਗਾ ਜਾਂ ਨਹੀਂ ਕਰੇਗਾ ਇਹ ਤਾਂ ਸਮਾਂ ਦੱਸੂਗਾ। ਲਓ ਖੇਡ ਮੈਦਾਨ ਦੇ ਵਿੱਚ ਇੱਕ ਅੰਕ ਦਾ ਵਾਧਾ ਹੋ ਗਿਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸੰਤ ਬਾਬਾ ਇੱਕ ਵੱਡੀ ਕਲੱਬ ਰਾੜਾ ਸਾਹਿਬ ਦੀ ਟੀਮ ਦੇ ਲਈ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਵਾ ਅਤੇ ਗੜਦੀਵਾਲ ਦੀ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣਾ। ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਵਾ ਅਤੇ ਗੜਦੀਵਾਲ ਲਓ ਸੱਦੋ ਵਾਲੀਆ ਕੀਤਾ ਇਸ ਵੇਲੇ ਫਿਰ ਕਬੱਡੀ ਪਾ ਕੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਡੋਗਰੀ ਕਬੱਡੀ 24.com ਦੇ ਰਾਹੀਂ ਖੇਡ ਮੇਲਾ ਦਿਖਾਇਆ ਜਾ ਰਿਹਾ, ਕਹਿੰਦੇ ਵੀ ਚਾਹੇ ਇੰਗਲੈਂਡ ਦੇ ਵਿੱਚ ਸਾਡੇ ਵੀਰ ਬੈਠੇ ਨੇ, ਚਾਹੇ ਕੈਨੇਡਾ ਦੇ ਵਿੱਚ, ਚਾਹੇ ਅਮਰੀਕਾ ਦੇ ਵਿੱਚ, ਚਾਹੇ ਯੂਰਪ ਦੇ ਵਿੱਚ ਬੈਠੇ ਹੈ, ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਦਿਖਾਇਆ ਜਾ ਰਿਹਾ ਇਹ ਖੇਡ ਮੇਲਾ ਕਬੱਡੀ 24.com ਦੇ ਰਾਹੀਂ। ਵੈਬਸਾਈਟ ਸਾਡੇ ਵੀਰਾਂ ਦੀ ਬਣਾਈ ਹੋਈ ਹੈ, ਆਪਾਂ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ ਜਿਹੜੇ ਖੇਡ ਕਬੱਡੀ ਦੇ ਨਾਲ ਜੁੜੇ ਹੋਏ ਹੈ ਤੇ ਖੇਡ ਕਬੱਡੀ ਨੂੰ ਦੂਰ ਦੂਰ ਤੱਕ ਪਹੁੰਚਾ ਰਹੇ ਨੇ, ਆਪਾਂ ਧੰਨਵਾਦ ਕਰਦੇ ਹੈ। ਅੱਜ ਰੁੜਕੇ ਦਾ ਗੁਰੂ ਗੋਬਿੰਦ ਸਿੰਘ ਯਾਦਗਾਰੀ ਗੋਲਡ ਕਬੱਡੀ ਕੱਪ ਪਹਿਲਾ ਸਾਲ, ਪਹਿਲੇ ਸਾਲ ਦੇ ਵਿੱਚ ਹੀ ਵੱਡੀ ਪ੍ਰਾਪਤੀ ਕੀਤੀ ਹੈ ਕਬੱਡੀ ਕੱਪ ਨੇ। ਇੱਧਰ ਗੋਰਾ ਉੱਧਰ ਘੇਲਾ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਾਂ ਧੰਨਵਾਦ ਕਰਦੇ ਹੈ। ਪਹਿਲਾ ਚੱਲਦਾ ਹੋਇਆ ਮੈਚ ਸੰਤ ਬਾਬਾ ਈਚਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਅਤੇ ਮੌਲੀ ਵੈਦਵਾਨ ਦੀਆਂ ਟੀਮਾਂ। ਦੂਸਰੇ ਮੈਚ ਦੇ ਲਈ ਮੈਂ ਬੇਨਤੀ ਕਰਦਾ ਬਈ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਵਾ ਅਤੇ ਗੜਦੀਵਾਲ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ। ਦੂਸਰਾ ਮੁਕਾਬਲਾ ਹੋਵੇਗਾ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ ਯਾਦਗਾਰੀ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਗੋਲਡ ਕਬੱਡੀ ਕੱਪ ਪਹਿਲਾ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਕਿ ਸਿੰਘ ਬੱਧੜੇ ਕੁੰਡੀਆਂ ਦੇ ਮੈਚ ਕਬੱਡੀ ਦਾ ਅੱਜ ਹੋਣਾ ਪਿੰਡੇ ਚਮਕਣ ਮੁੰਡਿਆਂ ਦੇ ਸਭ ਨੇ ਹਿੱਕ ਦਾ ਜ਼ੋਰ ਲਗਾਉਣਾ ਭੇੜ ਸਿਰਸਾਨਾਂ ਦਾ ਖੜ ਕੇ ਦੇਖੋ ਕੁੱਲ ਜਮਾਨਾ ਕੱਪ ਉਹੀ ਓ ਜਿੱਤਣਗੇ ਜਿਹਦੇ ਡੌਲਿਆ ਪੱਟਾਂ ਦੇ ਵਿੱਚ ਜਾਣਾ ਕੱਪ ਉਹੀ ਓ ਜਿੱਤਣਗੇ। ਖੇਡ ਮੈਦਾਨ ਦੇ ਵਿੱਚ ਮੌਲੀ ਵੈਦਵਾਨ ਵੱਲੋਂ ਪਾਈ ਹੋਈ ਕਬੱਡੀ ਚਾਰ ਜਾਫੀ ਇਸ ਵੇਲੇ ਸੰਜੂ ਮੌਜਪੁਰ ਦੀ ਧਰਤੀ ਦਾ ਤੇ ਆਹ ਨੌਜਵਾਨ ਪੀਤਾ ਹੈ ਹਰਿਆਓ ਵਾਲਾ, ਕਹਿੰਦੇ ਜਿੱਥੋਂ ਦਾ ਧਰਮਾ ਕਹਿੰਦੇ ਵੀ ਕਲਮ ਦਾ ਵਧੀਆ ਲਿਖਾਰੀ ਹੈ ਉਸੇ ਪਿੰਡ ਦਾ ਪੀਤਾ, ਇਸ ਨੌਜਵਾਨ ਨੇ ਪਹਿਲਾਂ ਵੀ ਤਗੜਾ ਜਫਾ ਲਾਇਆ ਬਹੁਤ ਹੀ ਸ਼ਾਨਦਾਰ ਜਫਾ ਲਾ ਕੇ ਅੰਕ ਜੋੜਦਾ ਹੋਇਆ ਇਸ ਵੇਲੇ ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੀ ਟੀਮ ਦੇ ਲਈ। ਅਗਲੀ ਕਬੱਡੀ ਪਾਉਣ ਲਈ ਲਓ ਭੋਲਾ ਨਾਮ ਹੈ ਮੁੰਡੇ ਦਾ, ਖੇਡ ਮੈਦਾਨ ਦੇ ਵਿੱਚ ਬਾਵਾਂ ਖਿਲਾਰਦਾ ਹੋਇਆ ਕਲੈਰੀ ਮੋਰ ਬਣਦਾ ਹੋਇਆ ਇਸ ਵੇਲੇ ਤੇ ਦੋ ਨੰਬਰ ਤੋਂ ਨੌਜਵਾਨ ਮਨੀ ਇੱਕ ਧਨੌਰੀ ਵਾਲਾ ਮਨੀ ਇਹ ਲਾਂਡਰਾਂ ਦੀ ਧਰਤੀ ਦਾ ਮਨੀ ਕਹਿੰਦੇ ਬਈ ਜੀਰਕਪੁਰ ਦਾ ਏਰੀਆ ਇਸ ਵੇਲੇ ਪ੍ਰਸਿੱਧ ਕੀਤਾ ਹੈ ਮੁੰਡੇ ਨੇ। ਲਓ ਲਾਂਡਰਾ ਵਾਲਾ ਮਨੀ ਬਿਹਤਰੀਨ ਜਫਾ ਲਾ ਕੇ ਅੰਕ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੌਲੀ ਵੈਦਵਾਨ ਦੀ ਟੀਮ ਦੇ ਲਈ। ਅਗਲੀ ਕਬੱਡੀ ਪਾਉਣ ਲਈ ਹੈਪੀ ਇਸ ਵੇਲੇ ਮਨੌਲੀ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਤੇ ਬੋਲਦਾ ਹੋਇਆ ਧਾਵਾ ਬਿੰਦੀ ਸਹੋਤਾ ਜੀ ਬੜੇ ਪਿੰਡ ਵਾਲੇ ਯੂਕੇ ਤੋਂ ਕਹਿੰਦੇ ਉਚੇਚੇ ਤੌਰ ਤੇ ਪੁੱਜੇ ਆ ਖੇਡ ਮੇਲੇ ਦੇ ਲਈ, ਮਾਰਦੇ ਨੇ ਨਿਗਾਹ ਵੀ ਇੱਕ ਪਾਸੇ ਪੀਤਾ ਕੱਤ ਭਾਵੇਂ ਮਧਰਾ ਪਰ ਪਹਿਲਾਂ ਦੋ ਵਾਰ ਤਗੜਾ ਜਫਾ ਲਾ ਕੇ ਬਹਿਜਾ ਬਹਿਜਾ ਕਰਾਈ ਤੇ ਦੂਜੇ ਪਾਸੇ ਹੈਪੀ ਐਨ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਜੀਦਾਰੀ ਦੇ ਨਾਲ ਕਬੱਡੀ ਪਾ ਰਿਹਾ ਇੱਕ ਅੰਕ ਦਾ ਵਾਧਾ ਕਰ ਦਿੱਤਾ ਨੌਜਵਾਨ ਨੇ ਆਪਣੀ ਟੀਮ ਦੇ ਲਈ।
ਉਧਰ ਰਾਜਵੀਰ ਸਹੋਤਾ ਜੀ ਚੁੱਕੇ ਬਣੇ ਅਨੰਦਪੁਰ ਸਾਹਿਬ ਦੇ ਵਿੱਚ ਵੱਡਾ ਖੇਡ ਮੇਲਾ ਅਮਰੀਕ ਗੁੱਡਾ ਸ਼ੀਰਾ ਸੰਮੀ ਪੁਰੀਆ ਤੇ ਨਾਲ ਸਾਡੇ ਰਾਜਵੀਰ ਸਹੋਤਾ ਜੀ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ 15 ਅਤੇ 16 ਤਰੀਕਾ ਆਨੰਦਪੁਰ ਸਾਹਿਬ ਦੇ ਕਬੱਡੀ ਕੱਪ ਦੀਆਂ ਜਿੱਥੇ ਜ਼ਿਲ੍ਹਿਆਂ ਦੇ ਕਦੇ ਵੀ ਮੁਕਾਬਲੇ ਹੋਣਗੇ ਪਿਆਰ ਭਰੇ ਸੱਦੇ ਪੱਤਰ ਨੇ ਕੁਸ਼ਤੀ ਦੰਗਲ ਵੀ ਹੋਣਗੇ ਵਰਿੰਦਰ ਪੱਪੂ ਵਰਗੇ ਦੁਨੀਆਂ ਦੇ ਮਹਾਨ ਖਿਡਾਰੀ ਕੈਨੇਡਾ ਦੇ ਵਿੱਚ ਵਸੇ ਹੋਏ ਹੈ ਵੱਡਾ ਨਾਮ ਹੈ ਇਸ ਕਬੱਡੀ ਖੇਤਰ ਦੇ ਵਿੱਚ ਇਸ ਕਬੱਡੀ ਕੱਪ ਦਾ ਵਰਿੰਦਰ ਪੱਪੂ ਵਰਗੇ ਵੀਰ ਦਾ ਵੱਡਾ ਜੋਧਰ ਬਿੰਦੀ ਸੋਤਾ ਜੀ ਬੜਾ ਪਿੰਡ ਇੰਗਲੈਂਡ ਦੇ ਵਿੱਚ ਵਸੇ ਹੋਏ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬੋਲਾਂ ਦਾ ਵੱਡਾ ਮਾਣ ਕਰਦੇ ਨੇ ਕਾਲਾ ਟਰੇਸੀ ਜੀ ਵਰਿੰਦਰ ਬਿੱਲਾ ਜੀ ਬਿੰਦੀ ਸੋਤਾ ਜੀ ਨਾਲੇ ਸਾਡੇ ਵੀਰ ਰਾਜੂ ਕੈਨੇਡਾ ਪੱਪੂ ਕੈਨੇਡਾ ਨਾਲੇ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਅੱਜ ਕਹਿੰਦੇ ਵੀ ਖੇਡ ਮੇਲੇ ਨੂੰ ਉਚੇਚੇ ਤੌਰ ਤੇ ਮਾਣ ਸਨਮਾਨ ਦੇਣ ਦੇ ਲਈ ਪੁੱਜਾ ਹੋਇਆ ਜਿੰਦਰ ਸਹੋਤਾ ਯੂਕੇ ਤੋਂ ਅਤੇ ਸੀਪਾ ਸਹੋਤਾ ਕੈਨੇਡਾ ਤੋਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਸੋਨੂ ਮਨੀਲਾ ਨਾਲੀ ਅਜਮੇਰ ਕੈਨੇਡਾ ਜਤਿੰਦਰ ਚੌੜ USA ਬਣੇ ਜਿਹਨਾਂ ਦੇ ਵੱਲੋਂ ਪਹਿਲਾ ਇਨਾਮ 1 ਲੱਖ ਦਾ ਦਿੱਤਾ ਜਾਵੇਗਾ ਉਹਨਾਂ ਦਾ ਵੀ ਧੰਨਵਾਦ ਕਰਦੇ ਹੈ ਤੇ ਖੇਡ ਮੈਦਾਨ ਦੇ ਵਿੱਚ ਵੇਖਦੇ ਵੀ ਅਗਲੀ ਕਬੱਡੀ ਮੌਲੀ ਵੈਦਵਨ ਵੱਲੋਂ ਸ਼ਰਨਜੀਤ ਪਾਉਂਦਾ ਹੋਇਆ ਤੇ ਮੰਗੀ ਬਿੱਟੂ ਪਾਲਾ ਏਕਮ ਬਣਨਗੇ ਸਭ ਬੱਚੇ ਪਿੰਡ ਦੀਆਂ ਗਲੀਆਂ ਦੇ ਸੁਖਵੀਰ ਬਾਦਲ ਨੇ ਖੱਟਿਆ ਨਾਵਾਂ ਜਿਵੇਂ ਫੁੱਲ ਤੇ ਨਾਲੇ ਫਲੀਆਂ ਨੇ ਤੂੰ ਕਿਉਂ ਪਿੱਛੇ ਮਾਂ ਵਾਲਿਆ ਜਦ ਹਰ ਕੋਈ ਮੌਜਾ ਮਾਣੇ ਕਬੱਡੀ ਕੋਹੇ ਨੂਰ ਹੋ ਗਈ ਇਹਨੂੰ ਕੋਈ ਕਾਟੀ ਨਾ ਜਾਣੇ ਕਬੱਡੀ ਕੋਹੇ ਨੂਰ ਹੋ ਗਈ ਇਹਨੂੰ ਕੋਈ ਕਾਟੀ ਨਾ ਜਾਣੇ ਆਹ ਨੌਜਵਾਨ ਇਕਬਾਲ ਸਿੰਘ ਨਾਮ ਹੈ ਮੁੰਡੇ ਦਾ ਪਰ ਪਿਆਰ ਦੇ ਨਾਲ ਦਰਲਾੜੀ ਕਹਿੰਦੇ ਆ ਮੁਕੰਦਪੁਰ ਦੀ ਧਰਤੀ ਇੱਕ ਮੁਕੰਦਪੁਰ ਸਾਡੇ ਗਵਾਂਢ ਇੱਕ ਮੁਕੰਦਪੁਰ ਕਹਿੰਦੇ ਬਈ ਮਾਲਵੇ ਦਾ ਪ੍ਰਸਿੱਧ ਲੰਗਰ ਜਿੱਥੋਂ ਦਾ ਇਹ ਦਰਨਾਲੀ ਖੇਡ ਮੈਦਾਨ ਦੇ ਵਿੱਚ ਦਰਨਾਲੀ ਵਾਂਗ ਹੀ ਬਾਹਰ ਕਰਦਾ ਧਾਵੀ ਤੇ ਲਗਾਤਾਰ ਅੰਕ ਜੋੜਦਾ ਆਪਣੀ ਟੀਮ ਦੇ ਲਈ ਉਧਰ ਕਹਿੰਦੇ ਵੀ ਰਿੰਕੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅੰਕ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਨਿੰਦੀ ਨੌਜਵਾਨ ਅੱਗੇ ਨੂੰ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਕਮਾਲ ਦਾ ਕੱਦ ਕਾਠ ਹੈ ਮੁੰਡੇ ਦਾ ਉੱਚਾ ਲੰਬਾ ਕੱਦ ਬਾਹਾਂ ਨੂੰ ਖਿਲਾਰਦਾ ਹੋਇਆ ਮੋਰ ਬੰਗ ਪੈਲ ਪਾਉਂਦਾ ਹੋਇਆ ਅੱਗੇ ਨੂੰ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਕਿ ਪੁੱਤਾ ਕਰੂਗੀ ਦੁਨੀਆ ਹੱਥੀ ਛਾਵਾਂ ਤੈਨੂੰ ਖੇਡ ਲੈ ਕਬੱਡੀ ਮੇਰੇ ਚਾ ਬਾਤਰੇ ਦੁਨੀਆ ਤੇ ਕਰਦੇ ਮਿਸਾਲ ਸੋਹਣੀ ਪੈਦਾ ਰੱਬ ਵੱਲੋਂ ਖੁੱਲੇ ਤੇਰੇ ਲਈ ਰਾਹ ਬਾਤਰੇ ਬਣ ਜਾ ਖਿਡਾਰੀ ਚੋਟੀ ਦਾ ਲੱਗ ਜਲ ਸੀਸਾਂ ਤੈਨੂੰ ਦੁਨੀਆ ਤੇ ਮੇਰੇ ਜੀ ਜਾਂ ਮਾਮਾ ਬਹੁਤ ਨੇ ਹੈਪੀ ਕਿੜਿਆਰਾ ਤੂੰ ਸੁਪਨਾ ਸੱਚ ਕਰਦੇ ਲੋਕਾਂ ਦੀਆਂ ਤੇਰੇ ਤੇ ਦੁਆਵਾਂ ਬਹੁਤ ਨੇ ਲੋਕਾਂ ਦੀਆਂ ਤੇਰੇ ਤੇ ਦੁਆਵਾਂ ਬਹੁਤ ਨੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਭੋਲੇ ਦੀ ਪਾਈ ਹੋਈ ਕਬੱਡੀ ਹੈ ਤੇ ਸਾਹਮਣੇ ਕਹਿੰਦੇ ਵੀ ਬੰਦੇ ਬਾਹਰ ਪਿਆਰ ਦੇ ਨਾਲ ਬੰਦੇ ਬਾਹਰ ਕਹਿੰਦੇ ਨੌਜਵਾਨ ਨੂੰ ਪਰ ਪੁਆਇੰਟ ਇਸ ਵੇਲੇ ਭੋਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸੰਤ ਬਾਬਾ ਇੱਜਤ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੈਂ ਵੇਖਦਾ ਬਈ ਹੈਪੀ ਚੁੰਨੀ ਵਾਲਾ ਜੀਰਕਪੁਰ ਮੋਹਾਲੀ ਦਾ ਏਰੀਆ ਕਹਿੰਦੇ ਬਈ ਖੇਡ ਮੈਦਾਨ ਦੇ ਵਿੱਚ ਮਾੜੀ ਵੈਦਵਾਲ ਦੀ ਟੀਮ ਕਹਿੰਦੇ ਵੀ ਸਮੁੱਚੇ ਮੋਹਾਲੀ ਦਾ ਏਰੀਆ ਜੀਰਕਪੁਰ ਦਾ ਏਰੀਆ ਫਿੱਲ ਵਰਗੇ ਕਹਿੰਦੇ ਵੀ ਪ੍ਰਸਿੱਧ ਨਗਰ ਜਿਹਨਾਂ ਨਗਰਾਂ ਦੇ ਵਿੱਚ ਕਬੱਡੀ ਕੱਪ ਵੀ ਵੱਡਾ ਹੁੰਦਾ ਤੇ ਉਸ ਏਰੀਏ ਦੀਆਂ ਟੀਮਾਂ ਨੂੰ ਮਾਣ ਹੈ ਬਈ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਪੈਦਾ ਕੀਤੇ ਹੋਏ ਹੈ ਲਓ ਇਧਰ ਪਾਈ ਹੋਈ ਕਬੱਡੀ ਕਿਆਨੀ ਨੌਜਵਾਨ ਦੀ ਤੇ ਵਰਿੰਦਰ ਨੌਜਵਾਨ ਲਾਂਡਰਾਂ ਦੀ ਧਰਤੀ ਦਾ ਗੱਭਰੂ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਬਈ ਹੈਪੀ ਸੇ ਪਾ ਕਬੱਡੀ ਭਰਮਾ ਚੋਸਾ ਹੈ ਨੌਜਵਾਨ ਦਾ ਖੇਡ ਮੈਦਾਨ ਦੇ ਤਜਰਬੇ ਕਾਰ ਹੈਪੀ ਵਧਿਆ ਹੋਇਆ ਕਬੱਡੀ ਪਾਉਣ ਦੇ ਮਾਜਪੁਰੀਆ ਸੰਜੂ ਦੇ ਨਾਲ ਹਲਕਾ ਜਿਹਾ ਟੱਚ ਕਰਕੇ ਖੇਡ ਮੈਦਾਨ ਦੇ ਵੱਲੋਂ ਹੰਧਿਆਂ ਵੱਲੋਂ ਵਾਧਾ ਹੋਇਆ ਨੌਜਵਾਨ ਤੇਜ਼ੀ ਦੇ ਨਾਲ ਇੱਕ ਅੰਕ ਦਾ ਵਾਧਾ ਕਰ ਗਿਆ ਇਸ ਵੇਲੇ ਮੌਲੀ ਵੈਦਵਾਨ ਦੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਮੈਂ ਖੇਡ ਮੈਦਾਨ ਦੇ ਵਿੱਚ ਵੇਖਦਾ ਆਓ ਸਾਹਮਣੇ ਪੂਰੀ ਤਿਆਰੀ ਦੇ ਵਿੱਚ ਜੱਸਾ ਹੈ ਭੜੀ ਬੜੈਚਾ ਵਾਲਾ ਤੇ ਦੂਜੇ ਪਾਸੇ ਮਨੀ ਲਾਂਡਰਾਂ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਦੋ ਹੱਥ ਕਰਦਾ ਹੋਇਆ ਕਦੀ ਸੱਜੇ ਕਦੀ ਖੱਬੇ ਪਰ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ ਫਿਰ ਆਹ ਨੌਜਵਾਨ ਜੱਸਾ ਭੜੀ ਬੜੈਚਾ ਵਾਲਾ ਆਪਣੀ ਟੀਮ ਦੇ ਇੱਕ ਅੰਕ ਦਾ ਵਾਅਦਾ ਕਰ ਗਿਆ ਕਿ ਸੋਨੇ ਵਾਂਗੂ ਖੋਟ ਕੋਈ ਨਾ ਖੇਡ ਗੱਭਰੂ ਦੀ ਬੜੀ ਆ ਥਰੀ ਪੱਟਾ ਉੱਤੇ ਮਾਰੇ ਥਾਪੀਆਂ ਇਸ ਗੱਭਰੂ ਦੀ ਚੜਤ ਬੜੀ ਸ਼ੇਰ ਵਾਂਗੂ ਜਾਂਦਾ ਗੱਜਦਾ
ਜਿਹੜਾ ਲਾਲ ਅੰਮ ਆਈ ਦਾ ਇਹਨੂੰ ਰੋਕੇ, ਇਹਨੂੰ ਕਹਿੰਦੇ ਹਰਨਜੀਤ ਆਖਦੇ, ਹੱਥ ਲਾ ਕੇ ਮੁੜੇ ਆਖਦੇ ਫਰੋਕੇ ਕਿ ਮੀਕੇ ਮਸਾਣੀ ਵਾਲੇ ਆ, ਖੁੱਲਾ ਖਾ ਕੇ ਮੁੰਡੇ ਨੇ ਮਿਹਨਤ ਬੜੀ ਕਰੀ ਤੇ ਅੱਡਾ ਉੱਤੇ ਮਾਰੇ ਥਾਪੀਆਂ, ਖੁੱਲਾ ਖਾ ਕੇ ਬੜੀ ਮਿਹਨਤ ਕਰੀ। ਹਰਜੀਤ ਸਿੰਘ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਤੇ ਦੂਸਰੇ ਪਾਸੇ ਸੰਤ ਬਾਬਾ ਈਕੇ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੇ ਵੱਲੋਂ ਆ ਨੌਜਵਾਨ ਲਓ ਇਸ ਵੇਲੇ ਭੋਲਾ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਚਾਰ ਜਾਸੀਆਂ ਦੀ ਦੌਰਤਬੰਦੀ ਬਣਾਈ ਹੋਈ ਖੇਡ ਮੈਦਾਨ ਦੇ ਵਿੱਚ ਕਿਹੋ ਜੀ ਕਮਾਲ ਹੋਵੇਗੀ ਇਸਦਾ ਖੇਡ ਮੈਦਾਨ ਦੇ ਵਿੱਚ ਵੇਖਾਂਗੇ। ਪਰ ਪੁਆਇੰਟ ਇਸ ਵੇਲੇ ਭੋਲਾ ਨੌਜਵਾਨ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਹਾਫ ਸਮਾਂ ਹੋ ਚੁੱਕਾ ਚੱਲਦੇ ਹੋਏ ਮੈਚ ਦਾ, ਇਹ ਕਹਾਂਗੇ ਵੀ ਖੇਡ ਮੈਦਾਨ ਦੇ ਵਿੱਚ ਕਿਹੜੀ ਟੀਮ ਅੱਗੇ ਚੱਲਦੀ ਹੈ ਇਸ ਮੁਕਾਬਲੇ ਦੇ ਵਿੱਚ। ਰਾੜਾ ਸਾਹਿਬ ਦੀ ਟੀਮ ਨੇ 19 ਨੰਬਰ ਅਤੇ ਮੌਲੀ ਫੈਦਬਾਨ ਦੀ ਟੀਮ ਨੇ 13 ਨੰਬਰ ਨੇ। 19 ਅਤੇ 13 ਦਾ ਅੰਕੜਾ ਹਾਫ ਸਮੇਂ ਤੱਕ ਰਾੜਾ ਸਾਹਿਬ ਦੀ ਟੀਮ ਅੱਗੇ ਚੱਲਦੀ ਹੈ। ਉੱਧਰ ਪਰਮਜੀਤ ਸਿੰਘ ਫਾਸਲਾ ਅਤੇ ਨਿਊ ਅੰਕਾਰ ਰੈਸਟੋਰੈਂਟ ਦੇ ਮਾਲਕ ਤਰਲੋਚਨ ਚੀਮਾ ਜੀ ਪੁੱਜੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹੈ। ਸਰਦਾਰ ਪਰਮਜੀਤ ਸਿੰਘ ਫਾਸਲਾ ਅਤੇ ਨਿਊ ਅੰਕਾਰ ਰੈਸਟੋਰੈਂਟ ਦੇ ਮਾਲਕ ਤਰਲੋਚਨ ਚੀਮਾ ਜੀ ਬਹੁਤ ਬਹੁਤ ਧੰਨਵਾਦ ਕਰਦੇ, ਪਹੁੰਚਣ ਦੇ ਨਿੱਘਾ ਜੀ ਆਖਦੇ ਹੈ, ਨਾਲ ਹੀ ਧੰਨਵਾਦ ਕਰਦੇ ਹੈ। ਇੱਕ ਵਾਰੀ ਫੇਰ ਜਿੰਨੇ ਵੀ ਪ੍ਰਵਾਸੀ ਵੀਰ ਖੇਡ ਮੇਲੇ ਦੇ ਵਿੱਚ ਪੁੱਜੇ ਹੋਏ ਨੇ, ਚਾਰ ਦਿਨ ਲਾਉਣ ਦੇ ਲਈ ਰਾਜਵੀਰ ਸੋਹਤਾ ਜੀ ਯੂਕੇ ਵਾਲੇ, ਸ਼ਿੰਦਾ ਗੁਮਕਾਲਾ ਜੀ ਹਰਿਮੰਦਰ ਸਾਹਿਬ ਕਬੱਡੀ ਦੇ ਪ੍ਰਸਿੱਧ ਖੇਡ ਪ੍ਰਮੋਟਰ, ਨਰਿੰਦਰ ਬਿੱਲਾ ਜੀ ਰਾਜੂ ਕੈਨੇਡਾ, ਬੱਬੂ ਕੈਨੇਡਾ, ਹਿੰਦੀ ਸੋਹਤਾ ਬੜਾ ਪਿੰਡ ਯੂਕੇ ਵਾਲੇ, ਡਾਲੀ ਚਿੰਦਰ ਸੋਹਤਾ ਜੀ ਯੂਕੇ ਵਾਲੇ, ਜਿੱਥੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹੈ। ਕਾਲਾ ਟਰੇਸੀ ਜੀ ਅਤੇ ਸਾਡਾ ਸੋਨੂੰ ਵੀਰ ਮਨੀਲੇ ਤੋਂ ਮੈਂ ਧੰਨਵਾਦ ਕਰਦਾ। ਖੇਡ ਮੈਦਾਨ ਦੇ ਵਿੱਚ ਵੇਖਦੇ ਬਈ ਹਾਫ ਸਮੇਂ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਐਸ ਵੇਲੇ ਜੱਸਾ ਭੱਟੀ ਬਲੇਚਾਂ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਅੱਗੇ ਨੂੰ ਵਧਿਆ ਹੋਇਆ ਨੌਜਵਾਨ, ਉੱਧਰ ਸਿੱਖ ਸਰਦਾਰ ਨੌਜਵਾਨ ਨਹੀਂ ਜੱਫਾ ਲਾ ਸਕਿਆ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ। ਐਸ ਵੇਲੇ ਜੱਸਾ ਭੱਟੀ ਬਲੇਚਾਂ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਚਾਲੋ ਨੌਜਵਾਨਾਂ ਪਾ ਕਬੱਡੀ ਤੇ ਭਰੇ ਜੱਸੇ ਨੌਜਵਾਨ ਸੋਹਣੇ, ਹਿੱਕਾ ਚੌੜੀਆਂ ਪਿੰਡਾਂ ਦੇ ਵਿੱਚ ਆਣ ਵਰਗੇ ਰੇਡ ਬੰਗ ਹਨੇਰੀ ਦੇ ਸ਼ੁਰੂ ਹੋ ਗਈ, ਜਾਂ ਫਿਰ ਦੁੱਧ ਦੇ ਮੋਛੇ ਬੰਗ ਅੜ ਗਏ, ਭੇਡ ਸਾਲਾਂ ਦੇ ਦੇਖੋ ਹੋਣ ਲੱਗੇ, ਪੰਜੇ ਸ਼ੇਰਾਂ ਦੇ ਦੇਖੋ ਔਰ ਅੜ ਗਏ। ਚਾਰ ਕਬੱਡੀ ਦੇ ਵੇਖ ਕੇ ਕਈ ਲਖਾਰੀ ਗੀਤ ਲਿਖ ਵੀ ਕਬੱਡੀ ਦੇ ਕਮਾਲ ਕਰ ਗਏ, ਕਈ ਲਖਾਰੀ ਗੀਤ ਲਿਖ ਵੀ ਕਬੱਡੀ ਦੇ ਕਮਾਲ ਕਰ ਗਏ, ਬਹੁਤ ਬਹੁਤ ਧੰਨਵਾਦ। ਖੇਡ ਮੈਦਾਨ ਦੇ ਵਿੱਚ ਭੋਲੇ ਦੀ ਪਾਈ ਹੋਈ ਕਬੱਡੀ ਉੱਤੇ ਆਹ ਨੌਜਵਾਨ ਸੂਬਾ ਕਹਿੰਦੇ ਨੇ ਨੌਜਵਾਨ ਨੂੰ, ਪਰ ਕਾਮਯਾਬ ਨਹੀਂ ਹੋਇਆ ਪੁਆਇੰਟ ਇਸ ਵੇਲੇ ਭੋਲਾ ਸੰਤ ਬਾਬਾ ਈਕੇ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੇ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਅੰਕ ਇਸ ਵੇਲੇ ਟੀਮ ਦੇ ਲਈ ਜੋੜਿਆ ਸੀਪਾ ਸੋਹਤਾ ਕੈਨੇਡਾ ਵਾਲਾ, ਬਹੁਤ ਬਹੁਤ ਧੰਨਵਾਦ।